ਜੇਕਰ ਤੁਹਾਡੀ ਵੀ ਗਲੀ ਦੇ ਵਿੱਚ ਕੋਈ ਹੈਲਮਟ ਪਾਏ ਬਾਈਕ ਸਵਾਰ ਇਧਰ ਉਧਰ ਘੁੰਮਦੇ ਨਜ਼ਰ ਆਣ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਹ ਹੈਲਮਟ ਗੈਂਗ ਹੋ ਸਕਦਾ ਹੈ ਜੋ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ, ਮੌਕਾ ਦੇ ਕੇ ਚੋਰੀ ਕਰਦੇ ਨੇ ਤੇ ਲੁੱਟ ਖੋਹ ਕਰਦੇ ਨੇ। ਹੁਣੇ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇਹ ਹੈਲਮਟ ਗੈਂਗ ਇੱਕ ਬਾਈਕ ਤੇ ਸਵਾਰ ਦੋ ਚੋਰ, ਜਿਨ੍ਹਾਂ ਦੇ ਵਿੱਚੋਂ ਇੱਕ ਨੇ ਹੈਲਮਟ ਪਾਇਆ ਤੇ ਇੱਕ ਨੇ ਕੈਪ ਪਹਿਨੀ ਹੋਈ ਹੈ, ਮੂੰਹ ਬੰਨਿਆ ਹੋਇਆ ਹੈ, ਤੇ ਇਹ ਪਹਿਲਾਂ ਗਲੀ ਦੇ ਵਿੱਚ ਗੇੜੇ ਲਾਉਂਦੇ ਨੇ, ਰੇਕੀ ਕਰਦੇ ਨੇ ਤੇ ਫਿਰ ਜਦੋਂ ਤਸੱਲੀ ਹੋ ਜਾਂਦੀ ਹੈ ਤਾਂ ਇਹ ਕੰਧ ਟੱਪ ਕੇ ਘਰ ਦੇ ਅੰਦਰ ਵੜਦੇ ਨੇ, ਘਰ ਦਾ ਤਾਲਾ ਤੋੜਦੇ ਨੇ ਤੇ ਅੰਦਰੋਂ ਕੀਮਤੀ ਸਮਾਨ ਲੈ ਕੇ ਫਰਾਰ ਹੋ ਜਾਂਦੇ ਨੇ। ਤਸਵੀਰਾਂ ਜ਼ੀਰਕਪੁਰ ਦੇ ਸ਼ਿਵਾਲਿਕ ਵਿਹਾਰ ਦੀਆਂ ਨੇ, ਜਿੱਥੇ ਇਹ ਹੈਲਮਟ ਗੈਂਗ ਪਹਿਲਾਂ ਤਾਂ ਗਲੀ 'ਚ ਰੇਕੀ ਕਰਦਾ ਰਿਹਾ, ਗੇੜੇ ਮਾਰਦਾ ਰਿਹਾ, ਜਿੱਥੇ ਇੱਕ ਬਜ਼ੁਰਗ ਦਾ ਘਰ ਸੀ ਜੋ ਬੰਦ ਪਿਆ ਸੀ। ਬਜ਼ੁਰਗ ਆਪਣੇ ਪੁੱਤ ਨੂੰ ਮਿਲਣ ਦੇ ਲਈ ਗਈ ਹੋਈ ਸੀ ਤਾਂ ਪਿੱਛੋਂ ਇਹਨਾਂ ਚੋਰਾਂ ਨੇ ਮੌਕਾ ਦੇਖ ਕੇ ਪਹਿਲਾਂ ਤਾਂ ਕੰਧ ਟੱਪ ਕੇ ਘਰ ਦੇ ਅੰਦਰ ਵੜੇ, ਫਿਰ ਅੰਦਰ ਦੇ ਤਾਲੇ ਤੋੜ ਕੇ ਸੋਨੇ ਚਾਂਦੀ ਦੇ ਗਹਿਣਿਆਂ ਦੇ ਨਾਲ ਘਰ ਦਾ ਸਾਰਾ ਕੀਮਤੀ ਸਮਾਨ ਵੀ ਆਪਣੇ ਨਾਲ ਲੈ ਗਏ। ਬਜ਼ੁਰਗ ਦਾ ਕਹਿਣਾ ਹੈ ਕਿ ਕਰੀਬ 2 ਲੱਖ ਦਾ ਸਮਾਨ ਹੈ ਜੋ ਘਰ 'ਚੋਂ ਗਾਇਬ ਹੈ, ਜੋ ਚੋਰ ਲੈ ਗਏ ਨੇ। ਸੀਸੀਟੀਵੀ ਤਸਵੀਰਾਂ ਦੇ ਵਿੱਚ ਚੋਰ ਨਜ਼ਰ ਵੀ ਆਏ ਨੇ, ਜਿਨ੍ਹਾਂ ਦੇ ਵਿੱਚੋਂ 2 ਬਾਈਕ ਸਵਾਰਾਂ 'ਚੋਂ ਇੱਕ ਨੇ ਹੈਲਮਟ ਪਹਿਨਿਆ ਹੋਇਆ ਹੈ ਤਾਂ ਦੂਜੇ ਨੇ ਕੈਪ ਪਹਿਨੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਇਲਾਕੇ ਦੇ ਵਿੱਚ ਵੀ ਹੈਲਮਟ ਗੈਂਗ ਕਾਫੀ ਸਰਗਰਮ ਹੈ ਤੇ ਕਈ ਘਰਾਂ ਦੇ ਵਿੱਚ ਚੋਰੀ ਕਰ ਚੁੱਕਿਆ ਹੈ ਤੇ ਹੁਣ ਇੱਕ ਹੋਰ ਘਰ ਦੇ ਵਿੱਚ ਇਹਨਾਂ ਨੇ ਵੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹ ਹੈਲਮਟ ਗੈਂਗ ਦੇ ਚੋਰ ਅਕਸਰ ਪਹਿਲਾਂ ਤਾਂ ਗਲੀ ਦੇ ਵਿੱਚ ਰੇਕੀ ਕਰਦੇ ਨੇ, ਰਿਹਾਇਸ਼ੀ ਇਲਾਕਿਆਂ ਦੇ ਵਿੱਚ ਆਪਣਾ ਸ਼ਿਕਾਰ ਭਾਲਦੇ ਨੇ ਤੇ ਨਿਸ਼ਾਨਾ ਬਣਾ ਕੇ ਘਰ ਨੂੰ ਤੇ ਫਿਰ ਉਸ ਵਿੱਚ ਚੋਰੀ ਕਰ ਲੈਂਦੇ ਨੇ। ਬਜ਼ੁਰਗ ਦਾ ਕਹਿਣਾ ਹੈ ਕਿ ਉਹ ਆਪਣੇ ਪੁੱਤ ਨੂੰ ਮਿਲਣ ਗਈ ਹੋਈ ਸੀ ਤਾਂ ਪਿੱਛੋਂ ਘਰ ਨੂੰ ਬੰਦ ਕਰਕੇ ਗਈ ਸੀ, ਪਰ ਇਸੇ ਦਾ ਫਾਇਦਾ ਚੁੱਕਦਿਆਂ ਇਹਨਾਂ ਚੋਰਾਂ ਦੇ ਵੱਲੋਂ ਘਰ 'ਚ ਵੜ ਕੇ ਤਾਲੇ ਤੋੜ ਕੇ ਸੋਨੇ ਚਾਂਦੀ ਦੇ ਗਹਿਣੇ ਤਾਂ ਲੈ ਗਏ, ਨਾਲ ਹੀ ਕੀਮਤੀ LED ਤੇ ਹੋਰ ਵੀ ਕਈ ਸਾਰਾ ਸਮਾਨ ਆਪਣੇ ਨਾਲ ਲੈ ਗਏ ਨੇ। ਫਿਲਹਾਲ ਪੁਲਿਸ CCTV ਫੁਟੇਜ ਦੇ ਆਧਾਰ ਤੇ ਇਹਨਾਂ ਚੋਰਾਂ ਦੀ ਤਲਾਸ਼ ਕਰ ਰਹੀ ਹੈ। ਜੇਕਰ ਤੁਹਾਡੀ ਵੀ ਗਲੀ ਦੇ ਵਿੱਚ ਕੋਈ ਹੈਲਮਟ ਪਾਏ ਬਾਈਕ ਸਵਾਰ ਇਧਰ ਉਧਰ ਘੁੰਮਦੇ ਨਜ਼ਰ ਆਣ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਹ ਹੈਲਮਟ ਗੈਂਗ ਹੋ ਸਕਦਾ ਹੈ ਜੋ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ, ਮੌਕਾ ਦੇਖ ਕੇ ਚੋਰੀ ਕਰਦੇ ਨੇ ਤੇ ਲੁੱਟ ਖੋਹ ਕਰਦੇ ਨੇ। ਹੁਣੇ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇਹ ਹੈਲਮਟ ਗੈਂਗ ਇੱਕ ਬਾਈਕ ਤੇ ਸਵਾਰ ਦੋ ਚੋਰ, ਜਿਨ੍ਹਾਂ ਦੇ ਵਿੱਚੋਂ ਇੱਕ ਨੇ ਹੈਲਮਟ ਪਾਇਆ ਤੇ ਇੱਕ ਨੇ ਕੈਪ ਪਹਿਨੀ ਹੋਈ ਹੈ, ਮੂੰਹ ਬੰਨਿਆ ਹੋਇਆ ਹੈ, ਤੇ ਇਹ ਪਹਿਲਾਂ ਗਲੀ ਦੇ ਵਿੱਚ ਗੇੜੇ ਲਾਉਂਦੇ ਨੇ, ਰੇਕੀ ਕਰਦੇ ਨੇ ਤੇ ਫਿਰ ਜਦੋਂ ਤਸੱਲੀ ਹੋ ਜਾਂਦੀ ਹੈ ਤਾਂ ਇਹ ਕੰਧ ਟੱਪ ਕੇ ਘਰ ਦੇ ਅੰਦਰ ਵੜਦੇ ਨੇ, ਘਰ ਦਾ ਤਾਲਾ ਤੋੜਦੇ ਨੇ ਤੇ ਅੰਦਰੋਂ ਕੀਮਤੀ ਸਮਾਨ ਲੈ ਕੇ ਫਰਾਰ ਹੋ ਜਾਂਦੇ ਨੇ। ਤਸਵੀਰਾਂ ਜ਼ੀਰਕਪੁਰ ਦੇ ਸ਼ਿਵਾਲਿਕ ਵਿਹਾਰ ਦੀਆਂ ਨੇ, ਜਿੱਥੇ ਇਹ ਹੈਲਮਟ ਗੈਂਗ ਪਹਿਲਾਂ ਤਾਂ ਗਲੀ 'ਚ ਰੇਕੀ ਕਰਦਾ ਰਿਹਾ, ਗੇੜੇ ਮਾਰਦਾ ਰਿਹਾ, ਜਿੱਥੇ ਇੱਕ ਬਜ਼ੁਰਗ ਦਾ ਘਰ ਸੀ ਜੋ ਬੰਦ ਪਿਆ ਸੀ। ਬਜ਼ੁਰਗ ਆਪਣੇ ਪੁੱਤ ਨੂੰ ਮਿਲਣ ਦੇ ਲਈ ਗਈ ਹੋਈ ਸੀ ਤਾਂ ਪਿੱਛੋਂ ਇਹਨਾਂ ਚੋਰਾਂ ਨੇ ਮੌਕਾ ਦੇਖ ਕੇ ਪਹਿਲਾਂ ਤਾਂ ਕੰਧ ਟੱਪ ਕੇ ਘਰ ਦੇ ਅੰਦਰ ਵੜੇ, ਫਿਰ ਅੰਦਰ ਦੇ ਤਾਲੇ ਤੋੜ ਕੇ ਸੋਨੇ ਚਾਂਦੀ ਦੇ ਗਹਿਣਿਆਂ ਦੇ ਨਾਲ ਘਰ ਦਾ ਸਾਰਾ ਕੀਮਤੀ ਸਮਾਨ ਵੀ ਆਪਣੇ ਨਾਲ ਲੈ ਗਏ। ਬਜ਼ੁਰਗ ਦਾ ਕਹਿਣਾ ਹੈ ਕਿ ਕਰੀਬ 2 ਲੱਖ ਦਾ ਸਮਾਨ ਹੈ ਜੋ ਘਰ 'ਚੋਂ ਗਾਇਬ ਹੈ, ਜੋ ਚੋਰ ਲੈ ਗਏ ਨੇ। CCTV ਤਸਵੀਰਾਂ ਦੇ ਵਿੱਚ ਚੋਰ ਨਜ਼ਰ ਵੀ ਆਏ ਨੇ, ਜਿਨ੍ਹਾਂ ਦੇ ਵਿੱਚੋਂ 2 ਬਾਈਕ ਸਵਾਰਾਂ 'ਚੋਂ ਇੱਕ ਨੇ ਹੈਲਮਟ ਪਹਿਨਿਆ ਹੋਇਆ ਹੈ ਤਾਂ ਦੂਜੇ ਨੇ ਕੈਪ ਪਹਿਨੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਇਲਾਕੇ ਦੇ ਵਿੱਚ ਵੀ ਹੈਲਮਟ ਗੈਂਗ ਕਾਫੀ ਸਰਗਰਮ ਹੈ ਤੇ ਕਈ ਘਰਾਂ ਦੇ ਵਿੱਚ ਚੋਰੀ ਕਰ ਚੁੱਕਿਆ ਹੈ ਤੇ ਹੁਣ ਇੱਕ ਹੋਰ ਘਰ ਦੇ ਵਿੱਚ ਇਹਨਾਂ ਨੇ ਵੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹ ਹੈਲਮਟ ਗੈਂਗ ਦੇ ਚੋਰ ਅਕਸਰ ਪਹਿਲਾਂ ਤਾਂ ਗਲੀ ਦੇ ਵਿੱਚ ਰੇਕੀ ਕਰਦੇ ਨੇ, ਰਿਹਾਇਸ਼ੀ ਇਲਾਕਿਆਂ ਦੇ ਵਿੱਚ ਆਪਣਾ ਸ਼ਿਕਾਰ ਭਾਲਦੇ ਨੇ ਤੇ ਨਿਸ਼ਾਨਾ ਬਣਾ ਕੇ ਘਰ ਨੂੰ ਤੇ ਫਿਰ ਉਸ ਵਿੱਚ ਚੋਰੀ ਕਰ ਲੈਂਦੇ ਨੇ। ਬਜ਼ੁਰਗ ਦਾ ਕਹਿਣਾ ਹੈ ਕਿ ਉਹ ਆਪਣੇ ਪੁੱਤ ਨੂੰ ਮਿਲਣ ਗਈ ਹੋਈ ਸੀ ਤਾਂ ਪਿੱਛੋਂ ਘਰ ਨੂੰ ਬੰਦ ਕਰਕੇ ਗਈ ਸੀ, ਪਰ
ਇਸੇ ਦਾ ਫਾਇਦਾ ਚੁੱਕਦਿਆਂ ਇਹਨਾਂ ਚੋਰਾਂ ਦੇ ਵੱਲੋਂ ਘਰ 'ਚ ਵੜ ਕੇ ਤਾਲੇ ਤੋੜ ਕੇ ਸੋਨੇ ਚਾਂਦੀ ਦੇ ਗਹਿਣੇ ਤਾਂ ਲੈ ਗਏ, ਨਾਲ ਹੀ ਕੀਮਤੀ ਐਲਈਡੀ ਤੇ ਹੋਰ ਵੀ ਕਈ ਸਾਰਾ ਸਮਾਨ ਆਪਣੇ ਨਾਲ ਲੈ ਗਏ ਨੇ। ਫਿਲਹਾਲ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਇਹਨਾਂ ਚੋਰਾਂ ਦੀ ਤਲਾਸ਼ ਕਰ ਰਹੀ ਹੈ।